हाँ जी, सत श्री अकाल जी सारयां नूं। अज आपां गल करन जा रहे हां पंजाब दे नामी पहलवान प्रितपाल फगवाड़ा दी, जो कि बहुत सारे दिग्गज पहलवानां नूं हरा के इत्थों तक पहुंचे ने। अज आपां उहनां दे जीवन, फैमिली ते स्ट्रगल बारे गल करांगे। सो सब तों पहलां प्रितपाल फगवाड़ा दा जन्म 12वें महीने की 12 तरीक सन 1998 नूं पिंड जगतपुर जट्टा जिला कपूरथला विच पिता छिंदरपाल ते माता चरणजीत कौर दे घर होया। उहनां दे फादर साहब सरकारी मुलाजम ने, नौकरी करके ही उहनां नूं अपना पिंड छड्ड फगवाड़ा आउणा पिया। प्रितपाल अपने माता पिता ते भैन नाल फगवाड़े विच रह रहे ने। उहनां दा इक भरा भी है जो कि कैनेडा रहिंदा है, ते प्रितपाल अपनी भैन ते भरा दोवां विचों सब तों छोटा है। उहनां दी एज 1921 दे हिसाब नाल 23 साल हो चुकी है, ते उहनां दी हाइट तकरीबन 5'10" दे करीब है। जे उहनां दे विआह बारे गल करिए तां उहनां दा विआह फिलहाल नहीं होया। अगे वधण तों पहलां चलदी चलदी वीडियो नूं लाइक ते चैनल नूं सबसक्राइब जरूर कर दो, तां कि साडी हर वीडियो तुहाडे तक सब तों पहलां पहुंच सके। प्रितपाल दे पिता जी भी थोड़ी बहुती भलवानी करदे हुंदे सी, ते उहनां दे मामा जी बलबीर दौदर जो कि अपने समें दे वधिया भलवान सी, ਉਹ ਵੀ ਉਹਨਾਂ ਦੇ ਫਾਦਰ ਸਾਹਿਬ ਕੋਲ ਭਲਵਾਨੀ ਸਿੱਖਦੇ ਹੁੰਦੇ ਸੀ। ਪ੍ਰਿਤਪਾਲ ਇਹ ਸਭ ਦੇਖਦਾ ਹੁੰਦਾ ਸੀ। ਜਦੋਂ ਉਹਨਾਂ ਦੇ ਪਿਤਾ ਜੀ ਤੇ ਮਾਮਾ ਜੀ ਨੇ ਕਿਧਰੇ ਛਿੰਝ ਤੇ ਜਾਣਾ ਹੁੰਦਾ ਤਾਂ ਉਹ ਵੀ ਨਾਲ ਜਾਣ ਦੀ ਜਿੱਦ ਕਰਦਾ ਹੁੰਦਾ ਸੀ, ਤੇ ਉਸਦੇ ਪਿਤਾ ਜੀ ਨੇ 5ਵੀਂ 6ਵੀਂ ਕਲਾਸ ਤੋਂ ਹੀ ਪ੍ਰਿਤਪਾਲ ਨੂੰ ਘੁਲਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ RPD ਰੈਸਲਿੰਗ ਅਕੈਡਮੀ ਫਗਵਾੜਾ ਤੋਂ ਭਲਵਾਨੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ, ਜਿੱਥੇ ਉਹਨਾਂ ਦੇ ਕੋਚ ਸਾਹਿਬ ਜੋ ਉਹਨਾਂ ਦੇ ਗੁਰੂ ਵੀ ਸੀ PR ਸੋਂਦੀ ਨੇ ਪ੍ਰਿਤਪਾਲ ਨੂੰ ਭਲਵਾਨੀ ਦੇ ਦਾਅ ਪੇਚ ਸਿਖਾਏ। ਇਸ ਤੋਂ ਇਲਾਵਾ ਬਾਊ ਭਲਵਾਨ ਹਰਿੰਦਰ ਢਿੱਲੋਂ ਵੀ ਉਹਨਾਂ ਦੇ ਗੁਰੂ ਨੇ, ਜੋ ਕਿ ਹਰੇਕ ਛਿੰਝ 'ਚ ਉਹਨਾਂ ਦੇ ਨਾਲ ਹੀ ਹੁੰਦੇ ਨੇ। ਉਹਨਾਂ ਦੇ ਖਾਣ ਪੀਣ ਅਤੇ ਉਹਨਾਂ ਦੇ ਟਾਈਮ ਟੇਬਲ ਦਾ ਸਾਰਾ ਧਿਆਨ ਹਰਿੰਦਰ ਢਿੱਲੋਂ ਹੀ ਰੱਖਦੇ ਨੇ। ਪ੍ਰਿਤਪਾਲ ਤੋਂ ਡੰਡ ਬੈਠਕਾਂ, ਛਪਾਟੇ ਵਗੈਰਾ ਤਾਂ ਲੱਗਦੇ ਹੀ ਨਹੀਂ ਸੀ। ਉਹਨਾਂ ਨੇ ਦੇਸੀ ਟ੍ਰੇਨਿੰਗ ਤੋਂ ਜ਼ਿਆਦਾ ਜਿੰਮ ਵੇਟ ਟ੍ਰੇਨਿੰਗ ਹੀ ਕੀਤੀ, ਕਿਉਂਕਿ ਉਹ ਬਰੌਕ ਲੈਸਨਰ ਨੂੰ ਫੋਲੋ ਕਰਦੇ ਨੇ, ਅਤੇ ਕਬੱਡੀ ਦੇ ਵਿੱਚ ਉਹ ਪਾਲਾ ਜਲਾਲਪੁਰ ਅਤੇ ਦੁੱਲਾ ਬੱਗੇ ਪਿੰਡ ਵਾਲੇ ਨੂੰ ਪਸੰਦ ਕਰਦੇ ਨੇ, ਅਤੇ ਕੁਸ਼ਤੀ ਦੇ ਵਿੱਚ ਉਹ ਰੋਹਿਤ ਪਟੇਲ ਲੱਡੂ ਦੂਮਛੇੜੀਆ ਦੇ ਬਹੁਤ ਵੱਡੇ ਫੈਨ ਨੇ। ਜਦੋਂ ਉਹਨਾਂ ਨੇ ਭਲਵਾਨੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸਵੇਰੇ 3 ਵਜੇ ਉੱਠਣਾ ਪੈਂਦਾ ਸੀ, ਅਤੇ ਫਿਰ ਟ੍ਰੇਨਿੰਗ ਲਈ ਅਕੈਡਮੀ ਜਾਣਾ ਪੈਂਦਾ ਸੀ। ਪਰ ਅੱਜ ਕੱਲ੍ਹ ਉਹ ਸਵੇਰੇ 5 ਵਜੇ ਉੱਠਦੇ ਨੇ ਅਤੇ ਫਿਰ ਵਰਕਆਊਟ ਕਰਦੇ ਨੇ। ਹੁਣ ਉਹ ਦੇਸੀ ਵਰਕਆਊਟ ਵੱਲ ਵੀ ਧਿਆਨ ਦਿੰਦੇ ਨੇ। ਉਹਨਾਂ ਨੂੰ ਪੂਰਾ ਦਿਨ ਵਰਕਆਊਟ, ਖਾਣ ਪੀਣ ਅਤੇ ਆਰਾਮ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ, ਕਿਉਂਕਿ ਘਰ ਦਾ ਕੰਮ ਕਾਰ ਤਾਂ ਉਹਨਾਂ ਦੇ ਘਰ ਵਾਲੇ ਸਾਂਭ ਲੈਂਦੇ ਨੇ। ਉਹਨਾਂ ਦੀ ਫੈਮਿਲੀ ਦੀ ਪ੍ਰਿਤਪਾਲ ਨੂੰ ਸ਼ੁਰੂ ਤੋਂ ਹੀ ਬਹੁਤ ਸਪੋਰਟ ਰਹੀ ਹੈ। ਉਹਨਾਂ ਨੇ 2017 ਤੋਂ 2018 ਦੇ ਲਗਭਗ ਕੁਸ਼ਤੀਆਂ ਪ੍ਰੋਫੈਸ਼ਨਲੀ ਤੌਰ 'ਤੇ ਲਗਾਤਾਰ ਖੇਡਣੀਆਂ ਸ਼ੁਰੂ ਕੀਤੀਆਂ, ਅਤੇ ਉਹ 3 ਨੰਬਰ ਜੋੜੇ ਤੋਂ 1 ਨੰਬਰ ਜੋੜੇ ਤੱਕ ਬਹੁਤ ਤੇਜ਼ੀ ਨਾਲ ਵਧੇ, ਅਤੇ ਸਾਲ 2018 ਦੇ ਵਿੱਚ 1 ਨੰਬਰ ਜੋੜੇ ਵਿੱਚ ਉਹਨਾਂ ਦੀ ਟੱਕਰ ਬੱਦੀ ਵਿੱਚ ਬਣੀਆਂ ਜੰਮੂ ਭਲਵਾਨ ਦੇ ਨਾਲ ਹੋਈ, ਜੋ ਕੁਸ਼ਤੀ ਉਹਨਾਂ ਨੇ ਪੁਆਇੰਟ ਦੇ ਫਰਕ ਨਾਲ ਜਿੱਤੀ, ਜਿਸ ਤੋਂ ਉਹਨਾਂ ਦਾ ਨਾਮ ਬਣਿਆ। ਇਸ ਤੋਂ ਬਾਅਦ ਹੋਰ ਬਹੁਤ ਸਾਰੇ ਨਾਮੀ ਭਲਵਾਨਾਂ ਦੇ ਨਾਲ ਉਹਨਾਂ ਦੀਆਂ ਕੁਸ਼ਤੀਆਂ ਹੋਈਆਂ, ਜਿੱਦਾਂ ਕਿ ਜੱਸਾ ਪੱਟੀ, ਸਿਕੰਦਰ ਸ਼ੇਖ, ਪ੍ਰਦੀਪ ਚੀਕਾ, ਲਾਲੀ ਮੰਡ, ਅਜੇ ਗੁੱਜਰ ਅਤੇ ਭੁਪਿੰਦਰ ਅਜਨਾਲਾ। ਪ੍ਰਿਤਪਾਲ ਨੇ ਬਹੁਤ ਸਾਰੇ ਦੰਗਲਾਂ ਵਿੱਚ ਕਾਰਾਂ, ਜੀਪਾਂ, ਬੁਲਟ, ਮੋਟਰਸਾਈਕਲ, ਘੋੜੀਆਂ ਅਤੇ ਹੋਰ ਬਹੁਤ ਸਾਰੇ ਇਨਾਮ ਆਪਣੇ ਨਾਂ ਕੀਤੇ। ਇਹਨਾਂ ਨੇ ਸੰਨ 2019 ਦੇ ਵਿੱਚ ਆਨੰਦਪੁਰ ਸਾਹਿਬ ਵਿੱਚ ਪੰਜਾਬ ਕੇਸਰੀ ਦਾ ਟਾਈਟਲ ਆਪਣੇ ਨਾਂ ਕੀਤਾ, 123 ਦੇ ਵਿੱਚ ਬ੍ਰੌਂਜ ਮੈਡਲ ਜਿੱਤਿਆ, ਅਤੇ ਇਸ ਗੱਭਰੂ ਨੇ ਪੰਜਾਬ ਕੁਮਾਰ ਅਤੇ ਸੀਨੀਅਰ ਪੰਜਾਬ ਚੈਂਪੀਅਨਸ਼ਿਪ ਦਾ ਟਾਈਟਲ ਵੀ ਆਪਣੇ ਨਾਂ ਕੀਤਾ। ਪ੍ਰਿਤਪਾਲ ਫਗਵਾੜਾ ਨੂੰ ਬਰਾਬਰ ਦੀ ਛਿੰਝ ਪਸੰਦ ਨਹੀਂ ਹੈ, ਬਲਕਿ ਉਹਨਾਂ ਨੂੰ ਆਰ ਪਾਰ ਦੀ ਕੁਸ਼ਤੀ ਲੜਨਾ ਜ਼ਿਆਦਾ ਪਸੰਦ ਹੈ, ਕਿਉਂਕਿ ਜਦੋਂ ਤੱਕ ਹਾਰ ਜਿੱਤ ਦਾ ਫੈਸਲਾ ਹੀ ਨਾ ਹੋਵੇ ਉਦੋਂ ਤੱਕ ਦੇਖਣ ਵਾਲਿਆਂ ਨੂੰ ਵੀ ਸਵਾਦ ਨਹੀਂ ਆਉਂਦਾ। ਇਸ ਤੋਂ ਇਲਾਵਾ ਪ੍ਰਿਤਪਾਲ ਟੀਮ ਇੰਡੀਆ ਲਈ ਓਲੰਪਿਕ ਵਿੱਚ ਕੁਸ਼ਤੀ ਖੇਡਣਾ ਚਾਹੁੰਦਾ ਹੈ, ਉਹਨਾਂ ਦੀ ਇਹ ਤਮੰਨਾ ਵੀ ਰੱਬ ਜ਼ਰੂਰ ਪੂਰੀ ਕਰੇ। ਪ੍ਰਿਤਪਾਲ ਆਪਣੀ ਆਮ ਜ਼ਿੰਦਗੀ ਵਿੱਚ ਕੱਪੜੇ ਖਰੀਦਣ ਅਤੇ ਪਾਉਣ, ਕਾਰਾਂ ਚਲਾਉਣ ਦਾ ਸ਼ੌਕੀ ਹੈ। ਇਸ ਦੇ ਨਾਲ ਹੀ ਇਹ ਭਲਵਾਨ ਦਾਨੀ ਵੀ ਹੈ। ਦਾਨ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਦਿਖਾਉਣਾ, ਇਹ ਸਭ ਇਹਨਾਂ ਨੂੰ ਪਸੰਦ ਨਹੀਂ ਹੈ। ਇਹਨਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਜੇ ਮੈਂ 1,00,000 ਰੁਪਏ ਕਮਾਉਂਦਾ ਤਾਂ ਉਸਦਾ 30% ਮੈਂ ਦਾਨ ਕਰੂੰਗਾ। ਸੋ ਇਹ ਵਧੀਆ ਗੱਲ ਹੈ, ਇਹੋ ਜਿਹੇ ਮੁੰਡੇ ਕੁੜੀਆਂ ਘਰ ਘਰ ਜੰਮਣ। ਸੋ ਇਹ ਸੀ ਪ੍ਰਿਤਪਾਲ ਫਗਵਾੜਾ ਭਲਵਾਨ ਦੀ ਬਾਇਓਗ੍ਰਾਫੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ, ਅਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਦੋਸਤੋ, ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰੱਖਾ।